ਬੈਠੇ ਨੇ ਗੁਰਦਾਸਪੁਰ ਦੇ ਐਮਪੀ ਸਨੀ ਦਿਓਲ। ਕੀ ਸੱਚਮੁੱਚ ਗੁੰਮ ਹੋ ਗਏ ਨੇ ਸਨੀ ਦਿਓਲ? ਇਹ ਸਵਾਲ ਇਸ ਲਈ ਕਿਉਂਕਿ ਪਠਾਨਕੋਟ ਦੇ ਰੇਲਵੇ ਸਟੇਸ਼ਨ ਤੇ ਸਨੀ ਦਿਓਲ ਦੇ ਗੁੰਮਸ਼ੁਦਾ ਦੇ ਪੋਸਟਰ ਲੱਗੇ ਹੋਏ ਨੇ। ਪਰ ਸਵਾਲ ਇਹ ਵੀ ਕਿ ਸੱਚਮੁੱਚ ਸਨੀ ਦਿਓਲ ਗੁੰਮ ਹੋ ਗਏ ਨੇ? ਜੇਕਰ ਇੱਕ ਨਜ਼ਰ ਚੋਣਾਂ ਤੋਂ ਬਾਅਦ ਦੇ ਸਮੇਂ ਤੇ ਮਾਰੀ ਜਾਵੇ ਤਾਂ ਸਨੀ ਦਿਓਲ ਕਈ ਵਾਰ ਆਪਣੇ ਹਲਕੇ ਦਾ ਦੌਰਾ ਕਰ ਚੁੱਕੇ ਨੇ। ਪਹਿਲੀ ਵਾਰ ਜਦੋਂ ਸਨੀ ਦਿਓਲ ਹਲਕੇ ਦੇ ਕੰਮਾਂ ਨੂੰ ਲੈ ਕੇ ਡੀਸੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ, ਜਿਸ ਤੋਂ ਬਾਅਦ ਜਦੋਂ ਬਟਾਲਾ 'ਚ ਪਟਾਕਾ ਫੈਕਟਰੀ 'ਚ ਬਲਾਸਟ ਹੋਇਆ ਤਾਂ ਉਦੋਂ ਵੀ ਸਨੀ ਦਿਓਲ ਮੌਕੇ ਦੇ ਹਾਲਾਤ ਦੇਖਣ ਲਈ ਪਹੁੰਚੇ ਸੀ। ਇਹੀ ਨਹੀਂ, ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ 'ਚ ਵੀ ਸਨੀ ਦਿਓਲ ਸ਼ਾਮਲ ਹੋਣ ਲਈ ਆਏ, ਜਦੋਂ ਸਨੀ ਦਿਓਲ ਹਲਕੇ ਦੇ ਲੋਕਾਂ ਦੀ ਸਹੂਲਤ ਲਈ ਦੋ ਐਂਬੂਲੈਂਸਾਂ ਵੀ ਦੇ ਕੇ ਗਏ। ਇਸ ਤੋਂ ਇਲਾਵਾ ਸਨੀ ਦਿਓਲ ਵਿਦੇਸ਼ 'ਚ ਫਸੇ ਲੋਕਾਂ ਨੂੰ ਭਾਰਤ ਲਿਆਉਣ 'ਚ ਵੀ ਮਦਦ ਕਰ ਚੁੱਕੇ ਨੇ। ਜੇਕਰ ਹੁਣ ਦੀ ਗੱਲ ਕਰੀਏ ਤਾਂ ਬੀਤੇ ਦਿਨ ਹੀ ਸਨੀ ਦਿਓਲ ਵੱਲੋਂ ਪਠਾਨਕੋਟ ਦੀ ਵੱਡੀ ਸਮੱਸਿਆ ਦੇ ਹੱਲ ਲਈ ਨੈਰੋ ਗੇਜ ਐਲੀਵੇਟਰ ਟਰੈਕ ਪ੍ਰੋਜੈਕਟ ਨੂੰ ਮਨਜ਼ੂਰੀ ਦਿਵਾਈ ਗਈ ਹੈ। ਹੁਣ ਸਵਾਲ ਫਿਰ ਇਹੀ ਹੈ ਕਿ ਕੀ ਗੁੰਮਸ਼ੁਦਾ ਦੇ ਪੋਸਟਰ ਲਗਾ ਕੇ ਸਨੀ ਦਿਓਲ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਫਿਰ ਇਸ ਦੇ ਪਿੱਛੇ ਕੋਈ ਸਿਆਸੀ ਸਾਜ਼ਿਸ਼? ਪਠਾਨਕੋਟ ਤੋਂ ਸੰਜੀਵ ਮਗੋਤਰਾ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ। 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਣਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ। ਖਾਈ ਹਰ ਜਹਾਂ ਕੀ ਵੋ ਕਸਮ ਹੈ, ਤੂੰ ਅਬ ਭੂਲ ਗਈ ਵੋ ਪਲ, ਫੇ ਕਹਾ ਹਮ ਦੋਨੋਂ ਵੋ ਕਲ, ਹਮ ਭੂਲ ਨਾ ਪਾਏਂਗੇ, ਹਮ ਭੂਲ ਨਾ ਪਾਏਂਗੇ, ਵੋ ਪਲ ਯਾਦ guys, myself MB, my debut song is coming up on 16th of Jan, presented by Savera Music, Hum Bhul Na Payenge. Please go and subscribe to the channel of Savera Music for more updates. Thank you so much.